ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਪੰਜਾਬ ਵਿੱਚ ਲੁੱਟਾਂ ਖੂਹਾਂ ਦੀਆਂ ਵਾਰਦਾਤਾਂ ਡੇ ਬਾਏ ਡੇ ਵੱਧ ਰਹੀਆਂ ਨੇ, ਹੋਰ ਤਾਂ ਹੋਰ ਲੋਕਾਂ ਦੇ ਕੁੱਤੇ ਵੀ ਚੋਰੀ ਹੋ ਰਹੇ ਨੇ, ਕਿਉਂਕਿ ਜਿਹੜੇ ਅਪਰਾਧੀ ਨੇ ਜਾਂ ਬਿਹਾਰ ਤੋਂ ਆ ਰਹੇ ਨੇ ਜਾਂ ਯੂਪੀ ਤੋਂ ਆ ਰਹੇ ਨੇ, ਜਾਂ ਤਾਂ ਭਈਆ ਕੌਮ ਹੈ, ਹੈਗੀ ਆ ਕਿਰਤ ਘਾਣੇ, ਪੰਜਾਬ ਦਾ ਪੈਸਾ ਬਾਹਰ ਲਿਜਾ ਰਹੇ ਨੇ, ਕੇਜਰੀਵਾਲ ਦੇ ਭਾਈ ਭੈਣ ਨੇ ਅਤੇ ਭਗਵੰਤ ਮਾਨ ਵੀ ਕੇਜਰੀਵਾਲ ਥੱਲੇ ਲੱਗਾ ਹੋਇਆ। ਮੈਂ ਸੱਜਰੀ ਘਟਨਾ ਤੁਹਾਨੂੰ ਬਿਆਨ ਕਰਨ ਲੱਗਾ। ਸਾਡਾ ਜਿਹੜਾ ਰੈਜੀਡੈਂਸ ਹੈ 256 ਐਕਸ ਬਾਲਡੋਂਗ ਟੈਂਸ਼ਨ ਹੈ, ਟਿਊਸ਼ਨ ਮਾਰਕੀਟ ਸਾਹਮਣੇ ਗਲੀ 'ਚ, ਸਾਡੇ ਸਾਹਮਣੇ ਰਹਿੰਦੇ ਨੇ ਖਾਲਸਾ ਗਾਰਮੈਂਟਸ ਵਾਲੇ, ਜਿਨ੍ਹਾਂ ਦੀ ਇੱਕ ਬ੍ਰਾਂਚ ਜਵਾਹਰ ਕੈਂਪ 'ਚ ਅਤੇ ਦੂਜੀ ਕੁਮਾਰ ਮੰਡੀ, ਅਤੇ ਬਹੁਤ ਹੀ ਗੁਰਸਿੱਖ ਬੰਦੇ ਨੇ ਅੰਮ੍ਰਿਤਧਾਰੀ, ਅਤੇ ਇਹਨਾਂ ਨੇ ਇੱਕ ਬਹੁਤ ਹੀ ਪਿਆਰਾ ਡੌਗੀ ਰੱਖਿਆ ਮੈਕਸ, ਅਤੇ ਜਿਹੜਾ ਘਰ ਦੀ ਰਖਵਾਲੀ ਵੀ ਕਰਦਾ ਅਤੇ ਸਭ ਨੂੰ ਪਿਆਰ ਵੀ ਕਰਦਾ। ਕਈ ਵਾਰੀ ਜਦੋਂ ਕੋਠੇ ਤੋਂ ਭੌਂਕ ਰਿਹਾ ਹੁੰਦਾ, ਮੇਰੀ ਬੇਟੀ ਪਿਆਰ ਨਾਲ ਕਹਿੰਦੀ ਹੈ ਮੈਕਸ ਮੈਕਸ, ਉਸ ਵੇਲੇ ਪਿਆਰ ਵਿੱਚ ਆ ਜਾਂਦਾ। ਕਹਿਣ ਤੋਂ ਜਿਹੜੇ ਡੌਗ ਹੁੰਦਾ, ਇੱਕ ਬੜਾ ਫੇਥਫੁੱਲ ਜਾਨਵਰ ਹੁੰਦਾ, ਸਾਡੇ ਬੰਦਿਆਂ ਨਾਲ ਤਾਂ ਉਹੀ ਚੰਗਾ ਕਿ ਫੇਥਫੁੱਲ ਹੈ। ਜਿਹੜਾ ਫੇਥਫੁੱਲ ਜਾਨਵਰ ਹੁੰਦਾ ਉਹ ਕਦੀ ਆਪਣਾ ਘਰ ਛੱਡ ਕਿਤੇ ਨਹੀਂ ਜਾਂਦਾ। ਕੱਲ ਅਚਾਨਕ ਮੈਂ ਦੇਖਿਆ ਕਿ ਜਿਹੜੇ ਖਾਲਸਾ ਜੀ ਨੇ ਘਰ ਦੇ ਮਾਰੇ ਬਜ਼ੁਰਗ, ਅਤੇ ਉਹ ਉਹਨਾਂ ਦੇ ਦੋ ਲੜਕੇ, ਦੋਨੇ ਨੂੰਹਾਂ ਅਤੇ ਅੱਗੋਂ ਉਹਨਾਂ ਦੇ ਬੱਚੇ ਬਹੁਤ ਹੀ ਟੈਂਸ਼ਨ ਵਿੱਚ ਸਨ। ਅਤੇ ਮੈਂ ਕਿਹਾ ਬੇਟਾ ਜੀ ਕੀ ਹੋਇਆ? ਕਹਿੰਦੇ ਜੀ 9 ਵਜੇ ਤੋਂ ਬਾਅਦ ਨਾ ਮੈਕਸ ਮਿਲਦਾ ਨਹੀਂ ਪਿਆ। ਅਤੇ ਸਾਡੇ ਗੁਆਂਢੀ ਟਿੰਕੂ ਜੀ ਨੇ, ਇਹ ਵੀ ਬੜੇ ਹਮਦਰਦ ਨੇ ਸਾਰਿਆਂ ਦੇ, ਇਹ ਵੀ ਉਸੇ ਲਿਆ ਗਏ। ਅਤੇ ਅਸੀਂ ਇਹੀ ਸੋਚਿਆ ਵੀ ਇਹ ਨਾ ਕੋਈ ਬੰਦਾ ਲੈ ਗਿਆ ਅਤੇ ਅੱਗੋਂ ਵੇਚੇਗਾ। ਅਤੇ ਉਧਰੋਂ ਟਰਾਂਸਫਾਰਮਰ 'ਚ ਬਲਾਸਟ ਹੋਇਆ ਅਤੇ ਲਾਈਟ ਚਲੀ ਗਈ। ਅਤੇ ਮੈਂ ਕਹਿੰਦਾ ਤਾਨੇ ਇਹਨਾਂ ਦੀਆਂ ਨੂੰਹਾਂ, ਇਹਨਾਂ ਦੇ ਬੇਟੇ ਜਾਂ ਪੋਤਰੇ ਵਿਚਾਰੇ, ਉਹਨਾਂ ਨੇ ਜਿਹੜੀ ਪੰਜ ਨਸ ਪੂਰੀ ਕੀਤੀ। ਮੈਂ ਕਿਹਾ ਜੀ ਦੱਸੋ ਕੋਈ ਮੇਰੇ ਜਿਵੇਂ ਸਵਾਲ ਲਾ ਦਿਓ। ਕਹਿੰਦੇ ਨਹੀਂ ਅੰਕਲ, ਤੁਹਾਨੂੰ ਜਿੱਥੇ ਨਜ਼ਰ ਆਵੇ ਦੱਸ ਦਿਆ ਜੀ। ਤੋ ਲੱਭਦੇ ਰਹੇ ਲੱਭਦੇ ਰਹੇ, ਤੋ ਰਾਤ ਨੂੰ ਫਿਰ ਮੈਂ ਘਰ ਆ ਗਿਆ ਵੀ ਪਤਾ ਨਹੀਂ ਕੀ ਬਣਨਾ। ਅਤੇ ਮੇਰੇ ਕੋਲ ਕੋਈ ਫੋਨ ਨੰਬਰ ਨਹੀਂ ਸੀ ਇਹਨਾਂ ਦਾ, ਕਿਤੇ ਮੇਰੇ ਮੋਬਾਈਲ ਰੀਡ ਹੋ ਗਿਆ ਹੋਣਾ। ਭਾਵੇਂ ਸਵੇਰੇ ਪੈਂਦੀ ਸਾਡੀ ਇਹਨਾਂ ਦੀ ਨੂਰਾਣੀ ਕੋਲ ਪੁੱਛਿਆ, ਬੇਟਾ ਜੀ ਵੀ ਉਹ ਮੈਕਸ ਤੱਕ ਬਣਿਆ ਡੌਗ ਦਾ? ਕਹਿੰਦੇ ਅੰਕਲ ਜੀ ਮਿਲ ਗਿਆ। ਮੈਂ ਵਧਾਈਆਂ ਹੁਣ। ਮੈਂ ਕਿੱਥੋਂ ਮਿਲਿਆ? ਕਹਿੰਦੇ ਟਿਕਟ ਆਈ ਦੇ ਬਾਹਰੋਂ। ਇਹਦੇ ਨਾਲ ਕਿਸੇ ਬੰਦੇ ਨੇ ਡੌਗ ਨੂੰ ਹੱਥ ਪਾਇਆ ਅਤੇ ਉਸ ਤੋਂ ਬਾਅਦ ਉਹਨੂੰ ਰਿਲਾਈਜ਼ ਹੋ ਗਿਆ ਵੀ ਤਲਾਸ਼ ਸ਼ੁਰੂ ਹੋ ਗਈ, ਮੈਂ ਕਿਤੇ ਫਸ ਨਾ ਜਾਵਾਂ, ਕਿਉਂਕਿ ਭਈਆ ਘੁੰਮਦੀ ਤਾਂ ਬੁਝਦਲ ਹੀ ਹੈ। ਅਤੇ ਉਹ ਫਿਰ ਤੁਹਾਡੇ ਟਿਕਟ ਆਈ ਦੇ ਬਾਹਰ ਛੱਡ ਗਿਆ, ਨਹੀਂ ਤਾਂ ਇੱਕ ਡੌਗ ਹੀ ਕਦੇ ਘਰ ਤੋਂ ਇੰਨੀ ਦੂਰ ਨਹੀਂ ਜਾਂਦਾ। ਤੋ ਇਹ ਹੱਥ ਲੱਗ ਗਏ ਨੇ, ਅੱਜ ਤਾਂ ਡੌਗ ਹੀ ਗਿਆ। ਲੋਕਾਂ ਦੇ ਬੱਚੇ ਵੀ ਚੋਰੀ ਹੋ ਰਹੇ ਨੇ, ਜਿਵੇਂ ਖਬਰ ਪੜ੍ਹੀ ਸੀ ਪੰਜਾਬੀ ਟ੍ਰੋਲ 'ਚ, ਦਰਬਾਰ ਸਾਹਿਬ ਪਰਿਵਾਰ ਸੁੱਤਾ ਪਿਆ ਸੀ, ਜਿਵੇਂ ਸਾਰਿਆਂ ਦੇ ਕਮਰੇ ਮਿਲਦੇ ਨਹੀਂ, ਸਵੇਰੇ ਮਾਂ ਉੱਠੀ ਅਤੇ ਬੱਚਾ ਹੀ ਆ ਨਹੀਂ। ਅਤੇ ਬੜੇ ਸੁਸਾਈਡ ਹੋ ਰਹੇ ਨੇ, ਬੜੇ ਰੇਪ ਹੋ ਰਹੇ ਨੇ। ਜਿੰਨਾ ਅਪਰਾਧ ਭਗਵੰਤ ਮਾਨ ਵੇਲੇ ਵਧਿਆ, ਉਹ ਕਿਸੇ ਚੀਫ ਮਿਨਿਸਟਰ ਵੇਲੇ ਵਧਿਆ, ਨਾ ਕੈਪਟਨ ਸਾਹਿਬ ਵੇਲੇ, ਨਾ ਚੰਨੀ ਸਾਹਿਬ ਵੇਲੇ। ਅਤੇ ਬਾਦਲ ਦਾ ਖੈਰ ਆਈ ਬੇਵਕੂਫ ਹੁਣ ਲੈਣਾ, ਅਤੇ ਮੈਨੂੰ ਗੱਲਾਂ ਯਾਦ ਆ ਰਹੀਆਂ ਨੇ ਚੰਨੀ ਸਾਹਿਬ ਦੀਆਂ। ਉਹ ਕਹਿੰਦੇ ਜਿਹੜਾ ਭਗਵੰਤ ਮਾਨ ਨੇ ਬੇਵਕੂਫ ਆਦਮੀ ਹੈ, ਇਹ ਕਮੇਡੀਅਨ ਹੈ, ਇਹਨੂੰ ਐਡਮਿਨਿਸਟ੍ਰੇਸ਼ਨ ਚਲਾਉਣੀ ਨਹੀਂ ਆਉਣੀ, ਇਹ ਸਟੇਜ ਦਾ ਸੰਭਾਲ ਸਕਦਾ, ਸਟੇਟ ਨਹੀਂ। ਔਰ ਗੱਲ ਉਹਨਾਂ ਬਿਲਕੁਲ ਠੀਕ ਹੈ। ਅਤੇ ਠੀਕ ਹੈ, ਕਈ ਫੈਸਲੇ ਭਗਵੰਤ ਮਾਨ ਦੇ ਚੰਗੇ ਵੀ ਨੇ, ਮੈਂ ਸਮਰਥਨ ਕਰਦਾ, ਪਰ ਐਡਮਿਨਿਸਟ੍ਰੇਸ਼ਨ ਉਹਨਾਂ ਦੇ ਕੰਟਰੋਲ ਤੋਂ ਬਾਹਰ ਹੈ। ਅਤੇ ਜਿਹੜੀ ਹੈ ਤੁਹਾਡੀ ਪੁਲਿਸ ਫੋਰਸ, ICS ਅਫਸਰ, ਉਹ ਵੇਖ ਨਿਸ਼ਾਨਿਆਂ ਦੇ ਨਿਸ਼ਾਂਦੇ ਪਏ ਨੇ, ਕਹਿੰਦੇ ਜੋ ਪੰਜਾਬ 'ਚ ਹੁੰਦਾ ਹੋਈ ਚੱਲੇ। ਔਰ ਸਾਰੇ ਦਾਅ ਪੇਸ਼ ਹੁੰਦੇ ਨੇ, ਕੋਈ ਕਾਂਗਰਸ ਦਾ ਹੋ ਸਕਦਾ ਜਾਂ ਅਕਾਲੀਆਂ ਦਾ ਹੋ ਸਕਦਾ ਜਾਂ ਕੋਈ ਵੀ ਹੋ ਸਕਦਾ, ਯਾਨੀ ਪੰਜਾਬ 'ਚ ਗੰਦ ਪੈ ਗਿਆ, ਗੁਰੂਆਂ ਪੀਰਾਂ ਦੀ ਧਰਤੀ 'ਤੇ ਗੰਦ ਬਹੁਤ ਪੈ ਗਿਆ। ਅਤੇ ਮੈਂ ਥੋੜ੍ਹਾ ਇਸ਼ਾਰਾ ਦੇਣਾ ਸੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ।